ਇੱਕ ਬੇਕਾਬੂ ਕਾਰ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਹੈ। ਦੱਸਿਆ ਜਾ ਰਿਹਾ ਕਿ ਪਾਣੀ ਦਾ ਵਹਾਅ ਇੰਨਾ ਜ਼ਿਆਦਾ ਤੇਜ਼ ਸੀ ਕਿ 2 ਕਿਲੋਮੀਟਰ ਅੱਗੇ ਜਾ ਕੇ ਇਹ ਕਾਰ ਮਿਲੀ ਹੈ। ਤਾਂ ਦੱਸ ਦਈਏ ਕਿ ਲਗਾਤਾਰ ਗੋਤਾਖੋਰਾਂ ਦੀ ਟੀਮ ਹੁਣ ਇਸ ਕਾਰ ਨੂੰ ਕੱਢਣ ਦੇ ਵਿੱਚ ਲੱਗੀ ਹੋਈ ਹੈ। ਫਿਲਹਾਲ ਇਸ ਦਾ ਚਾਲਕ ਲਾਪਤਾ ਦੱਸਿਆ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਸਰਹੰਦ ਦੇ ਫਲੋਟਿੰਗ ਰੈਸਟੋਰੈਂਟ ਦੇ ਕੋਲ ਇਹ ਹਾਦਸਾ ਵਾਪਰਿਆ, ਜਿੱਥੇ ਕਿ ਦੇਰ ਰਾਤ ਇੱਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਹੈ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ, ਪਰ ਜਿਵੇਂ ਹੀ ਉਹ ਫਲੋਟਿੰਗ ਰੈਸਟੋਰੈਂਟ ਦੇ ਕੋਲ ਪਹੁੰਚੇ ਤਾਂ ਉੱਥੇ ਇੱਕ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਦਿਖੇ। ਜਿਸ ਤੋਂ ਬਾਅਦ ਮੌਕੇ ਦੇ ਉੱਤੇ ਹੀ ਗੋਤਾਖੋਰਾਂ ਦੀਆਂ ਕਈ ਟੀਮਾਂ ਬੁਲਾਈਆਂ ਗਈਆਂ। ਜਦੋਂ ਜਾਂਚ ਕੀਤੀ ਗਈ ਤਾਂ ਫਲੋਟਿੰਗ ਰੈਸਟੋਰੈਂਟ ਤੋਂ ਵੀ ਅੱਗੇ ਦੱਸਿਆ ਜਾ ਰਿਹਾ ਕਿ 2 ਕਿਲੋਮੀਟਰ ਕਰੀਬ ਅੱਗੇ ਜਾ ਕੇ ਗੱਡੀ ਨਹਿਰ ਦੇ ਹੇਠਾਂ ਮਿਲੀ ਆ। ਹਾਲਾਂਕਿ ਉਸ ਦੇ ਵਿੱਚ ਨੌਜਵਾਨ ਹੈ ਜਾਂ ਨਹੀਂ ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ, ਪਰ ਲਗਾਤਾਰ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਤਾਂ ਫਤਿਹਗੜ੍ਹ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਬੇਕਾਬੂ ਕਾਰ ਫਲੋਟਿੰਗ ਰੈਸਟੋਰੈਂਟ ਦੇ ਕੋਲ ਭਾਖੜਾ ਨਹਿਰ ਦੇ ਵਿੱਚ ਡਿੱਗੀ ਹੈ। ਤਾਂ ਦੱਸ ਦਈਏ ਕਿ ਗੋਬਿੰਦਗੜ੍ਹ ਦਾ ਰਹਿਣ ਵਾਲਾ ਇਹ ਨੌਜਵਾਨ ਦੱਸਿਆ ਜਾ ਰਿਹਾ, ਜਿਸਦੀ ਕਿ ਅਚਾਨਕ ਹੀ ਕਾਰ ਬੇਕਾਬੂ ਹੋ ਗਈ ਹੈ ਅਤੇ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਹੈ। ਫਿਲਹਾਲ ਕਾਰ ਨੂੰ ਵੀ ਕੱਢਣ ਦੀਆਂ ਕੋਸ਼ਿਸ਼ਾਂ ਗੋਤਾਖੋਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਗੋਤਾਖੋਰਾਂ ਦਾ ਕਹਿਣਾ ਹੈ ਕਿ ਜਿਸ ਥਾਂ ਦੇ ਉੱਤੇ ਕਾਰ ਫਸੀ ਹੋਈ ਹੈ ਉੱਥੇ ਨਹਿਰ ਦੇ 2 ਹਿੱਸੇ ਹੁੰਦੇ ਨੇ, ਜਿਸਦੇ ਕਾਰਨ ਪਾਣੀ ਦਾ ਦਬਾਅ ਉੱਥੇ ਜ਼ਿਆਦਾ ਅਤੇ ਕਾਰ ਨੂੰ ਕੱਢਣ ਦੇ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਹਾਲਾਂਕਿ ਇਸ ਦੇ ਅੰਦਰ ਉਸ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਚੱਲਿਆ ਕਿ ਆਖਰ ਉਹ ਨੌਜਵਾਨ ਗਿਆ ਕਿੱਥੇ, ਪਰ ਲਗਾਤਾਰ 12 ਗੋਤਾਖੋਰ ਜੋ ਨੇ ਇਸ ਆਪਰੇਸ਼ਨ ਦੇ ਵਿੱਚ ਲੱਗੇ ਹੋਏ ਨੇ। ਤਾਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਰਹੰਦ ਤੋਂ, ਜਿੱਥੇ ਕਿ ਇੱਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਵਿੱਚ ਜਾ ਡਿੱਗੀ ਹੈ। ਰਾਤ ਤਕਰੀਬਨ 11:15 ਦੀ ਗੱਲ ਹੈ, ਰਾਤ ਇਨਫੋਰਮੇਸ਼ਨ ਆਈ ਸੀ ਪਰ ਕਲੀਅਰ ਨਹੀਂ ਸੀਗਾ ਕਿਸੇ ਕਾਰਨਾਂ ਕਰਕੇ, ਪਰ ਸਵੇਰੇ ਪਰਿਵਾਰ ਜਿਹੜਾ ਸੀਗਾ ਉਹ ਜਿਹੜੇ ਗੋਬਿੰਦਗੜ੍ਹ ਦਾ ਰਹਿਣ ਵਾਲੇ ਨੇ ਅਤੇ ਉਹ ਲੱਭ ਰਹੇ ਸੀਗੇ, ਅਤੇ ਜਿਹੜੀ ਗੋਤਾਖੋਰ ਟੀਮ ਜਦੋਂ ਫਲੋਟਿੰਗ ਉੱਥੇ ਰੈਸਟੋਰੈਂਟ 'ਤੇ ਪਹੁੰਚੀ ਉੱਥੇ ਕੁਛ ਨਿਸ਼ਾਨ ਟਾਇਰ 'ਤੇ ਬਣੇ ਹੋਏ ਸੀਗੇ ਅਤੇ ਪਰਿਵਾਰ ਨਾਲ ਸੀਗਾ, ਪਰ ਉੱਥੇ ਚੈੱਕ ਕਰਿਆ ਗਿਆ ਉੱਥੇ ਕੋਈ ਸਫਲਤਾ ਮਤਲਬ ਗੱਡੀ 'ਚ ਨਹੀਂ ਮਿਲੀ, ਪਰ ਇੱਥੇ ਸੋਢਾ ਹੈੱਡ ਕਿਉਂਕਿ ਇਹ ਬੜੀ ਖਤਰਨਾਕ ਚੀਜ਼ ਹੈ ਕਿਉਂਕਿ 2 ਨਹਿਰਾਂ ਪਾੜਦੀਆਂ ਨੇ ਅਤੇ ਇਸ ਕਰਕੇ ਪਾਣੀ ਦਾ ਬਹਾਓ ਇੰਨਾ ਤੇਜ਼ ਹੈ ਕਿ ਚੰਗਾ ਚੰਗਾ ਗੋਤਾਖੋਰ ਵੀ ਉੱਥੇ ਮਾਤ ਖਾ ਦੂਗਾ, ਪਰ ਫਿਰ ਵੀ ਲੱਗੇ ਹੋਏ ਦੇਖਦੇ ਵੀ ਡੈੱਡ ਬੋਡੀ ਜਿਹੜੀ ਹੈ ਉਹ ਵਿੱਚ ਹੋ ਸਕਦੀ ਹੈ ਕਿ ਨਹੀਂ, ਕਿਉਂਕਿ ਫਾਸਲਾ ਲਗਭਗ 2.5 ਤੋਂ 3 ਕਿਲੋਮੀਟਰ ਦਾ ਇਹਨੇ ਕਰ ਲਿਆ ਹੈਗਾ। ਕਾਰ ਬੜੀ ਤੇਜ਼ੀ ਨਾਲ ਇੱਥੇ ਪਹੁੰਚੀ ਹੈ। ਬਾਕੀ ਗੋਤਾਖੋਰ ਤੁਸੀਂ ਲਗਾਇਆ ਹੁਣ ਇੱਥੇ? ਲਗਭਗ ਇੱਥੇ 10 ਤੋਂ 12 ਕੋ ਤੋਂ ਗੋਤਾਖੋਰ ਨੇ ਜਿਹੜੇ ਸਿਲੰਡਰ ਆਕਸੀਜਨ ਵਾਲੇ ਨੇ, ਅਤੇ ਹੋਰ ਜਿਹੜੇ ਦੂਜੇ ਗੋਤਾਖੋਰ ਨੇ ਉਹ ਤਾਂ ਲਾਏ ਗਏ ਨੇ ਵੀ 1% ਵੀ ਡੈੱਡ ਬੋਡੀ ਕਾਰ 'ਚੋਂ ਕਈ ਵਾਰੀ ਨਿਕਲ ਜਾਂਦੀ ਹੈ, ਕਿਉਂਕਿ ਕੁਛ ਬੰਦਿਆਂ ਨੇ ਇਹ ਦੱਸਿਆ ਸੀਗਾ ਵੀ ਰਾਤ ਇੱਕ ਵਿਅਕਤੀ ਉਹਨਾਂ ਦੇ ਦੱਸਣ ਦਾ ਵੀ ਆ ਵੀ ਫਲੋਟਿੰਗ ਜਿਹੜਾ ਹੋਟਲ ਉਹਦੀ ਤਾਰਾਂ ਨੂੰ ਕੋਈ ਬੰਦਾ ਫੜ ਰਿਹਾ ਸੀਗਾ, ਪਰ ਜਦੋਂ ਕੁਛ ਵਿਅਕਤੀ ਰੁਕੇ ਪਰ ਉਹਦੇ ਵਿੱਚ ਕੁਛ ਇੱਦਾਂ ਦੀ ਗੱਲ ਨਹੀਂ ਲੱਗੀ ਅਤੇ ਹੋ ਸਕਦਾ ਬੰਦਾ ਵੀ ਗੱਡੀ 'ਚੋਂ ਨਿਕਲ ਸਕਦਾ। ਕਿੰਨੇ ਕਿਲੋਮੀਟਰ ਏਰੀਆ ਛਾਣ ਰਿਹਾ ਆਪਾਂ ਜੀ? ਲਗਭਗ ਇੱਥੇ 2-3 ਕਿਲੋਮੀਟਰ ਦਾ ਏਰੀਆ ਜਿਹੜਾ ਸਰਚ ਕਰਦਾ, ਪਰ ਉਸ ਤੋਂ ਬਾਅਦ ਸੋਢਾ ਹੈੱਡ 'ਤੇ ਹੀ ਆਪਾਂ ਨੂੰ ਗੱਡੀ ਮਿਲੀ। ਕਿੰਨੇ ਟਾਈਮ ਲੱਗ ਜੂ ਹੋਰ ਵੀ ਗੱਡੀ ਕੱਢਣ? ਲਗਭਗ ਇਹਦੇ ਵਿੱਚ ਕਿਉਂਕਿ 2 ਘੰਟੇ ਦਾ ਕੰਮ ਹੈ, ਇੰਨਾ ਕੁ ਸਮਾਂ ਲੱਗ ਜੂਗਾ। ਪਤਾ ਲੱਗਿਆ ਜੀ ਬੰਦਾ ਕੌਣ ਹੈਗਾ, ਕੀ ਕਿੱਥੇ ਦਾ ਹੈਗਾ? ਇਹ ਬੰਦਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਨੇ ਜੀ, ਅਤੇ ਇਹ ਹੁਣ ਆਪਾਂ ਕਲੀਅਰ ਨਹੀਂ ਦੱਸ ਸਕਦੇ ਵੀ ਇਹ ਅਚਾਨਕ ਗਿਰੀ ਹੈ ਗੱਡੀ ਜਾਂ ਕਾਰ ਗਿਰੀ ਗਈ ਹੈ, ਕਿਉਂਕਿ ਪਰਿਵਾਰ ਇਹਨਾਂ ਦਾ ਜਿਹੜਾ ਇੱਥੇ ਲੇਡੀ ਹੈਗਾ ਅਤੇ ਛੋਟੇ ਛੋਟੇ ਇਹਨਾਂ ਦੇ 2-3 ਬੱਚੇ ਨੇ, ਅਤੇ ਕੁਛ ਪਰੇਸ਼ਾਨੀਆਂ ਕਰਕੇ ਸ਼ਾਇਦ ਉਹਦੇ ਕਰਕੇ ਟੈਨਸ਼ਨ ਹੈ ਜਾਂ ਅਚਾਨਕ ਕਾਰ ਦਾ ਹਾਦਸਾ ਹੋ। ਪਤਾ ਲੱਗਿਆ ਵੀ ਕੀ ਇਹ ਵਪਾਰੀ, ਕੀ ਇਹ ਲੋਹਾ ਵਪਾਰੀ, ਕੀ ਹੈਗਾ ਜੀ? ਇਹ ਕੋਈ ਪ੍ਰਾਈਵੇਟ ਆਪਣਾ ਕੰਮ ਕਰਦੇ ਨੇ ਅਤੇ ਉਹਦੇ ਵਿੱਚ ਸ਼ਾਇਦ ਬਾਕੀ ਕਲੀਅਰ ਨਹੀਂ ਪਰਿਵਾਰ ਕੁਛ ਚੱਲਦਾ।